ਅਸੀਂ ਸਾਰੀ ਸਿੱਖ ਸੰਗਤ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਲਕ ਜਿਹੜਾ ਕੱਲ੍ਹ 17 ਤਰੀਕ ਨੂੰ ਖੁੱਲ੍ਹਣਾ, ਅੱਜ 16 ਨੂੰ ਹੀ ਖੁੱਲ੍ਹ ਜਾਵੇ। ਸਤਿਗੁਰੂ ਰਹਿਮਤ ਕਰਨ, ਇਹਨਾਂ ਸਰਕਾਰਾਂ ਦੇ ਮਨ ਦੇ ਵਿੱਚ ਸਮੱਤਿਆ ਪਾਉਣ ਔਰ ਜਲਦੀ ਤੋਂ ਜਲਦੀ ਇਹ ਲਾਂਘਾ ਖੁੱਲ੍ਹ ਜਾਵੇ। ਜਿਹਨੂੰ ਉਸ ਮਾਲਕ ਨੇ ਵਡਿਆਈ ਦੇਣੀ ਨਾ, ਉਹਦੇ ਮੂੰਹੋਂ ਇਹ ਬਚਨ ਨਿਕਲਣੇ ਨੇ ਕਿ ਲਾਂਘਾ ਖੁੱਲ੍ਹ ਗਿਆ ਭਾਈ। ਮੇਰੇ ਅਕੋਰਡਿੰਗ ਜਿਹੜੀ ਚੀਜ਼ ਜਿਹੜੀ ਸਰਕਾਰ ਧਰਮ ਨੂੰ ਪਹਿਲ ਦਿੰਦੀ ਹੈ ਜਾਂ ਧਰਮ ਨੂੰ ਜਿਹੜੀ ਚੀਜ਼ ਪੱਖ ਰੱਖਦੀ ਹੈ ਉਹ ਚੀਜ਼ ਬੈਟਰ ਹੈ ਕਿ ਹਰ ਇੱਕ ਬੰਦੇ ਨੂੰ ਜਾਣ ਦਾ ਮੌਕਾ ਮਿਲ ਸਕਦਾ, ਚਾਹੇ ਉਹ ਲੋਅਰ ਕਾਸਟ ਹੈ, ਚਾਹੇ ਅਪਰ ਕਾਸਟ ਹੈ, ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ। ਡਿਮਾਂਡ ਇਹੀ ਹੈ ਜੀ, ਜਲਦੀ ਤੋਂ ਜਲਦੀ ਖੋਲ੍ਹੋ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਦਰਸ਼ਨ ਦਿਓ। ਕਰਤਾਰਪੁਰ 'ਚ ਉਹਨਾਂ ਦਾ ਵਾਸਾ ਹੈ, ਉੱਥੇ ਜਨਮ ਹੈ ਅਤੇ ਉੱਥੇ ਜਨਮ ਤੋਂ ਫਿਰ ਭਾਵਨਾ ਮਿਲਦੀ ਹੈ। ਗੁਰੂ ਦੇ ਜਿੱਥੇ ਅਸਲ ਸਥਾਨ ਨੇ ਉੱਥੇ ਜਾ ਕੇ ਦਰਸ਼ਨ ਕਰਾਂ, ਮੇਰੇ ਮਨ ਨੂੰ ਸ਼ਾਂਤੀ ਹੈ। ਜਿਹੜਾ ਇੱਕ ਨੂਰ 'ਤੇ ਸਭ ਜਗ ਉਪਜਿਆ, ਭਲੇ ਕੌਣ ਭਲੇ ਘੁੰਮਦੇ, ਉਹਨੇ ਸਭ ਨੂੰ ਇੱਕ ਰੱਖਿਆ। ਸਾਨੂੰ ਤਾਂ ਇਹੀ ਚਾਹੀਦਾ ਵੀ ਸਾਨੂੰ ਰਸਤਾ ਮਿਲਣਾ ਚਾਹੀਦਾ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰ ਸਕੀਏ। ਕਰਤਾਰਪੁਰ ਲਾਂਘੇ ਨੂੰ ਲੈ ਕੇ ਬੜੇ ਸਾਰੇ ਇੱਥੇ ਜਿਹੜੇ ਆ ਬੀਜੇਪੀ ਵੱਲੋਂ ਜਿਹੜੇ ਪ੍ਰਯਾਸ ਕੀਤੇ ਜਾ ਰਹੇ ਸੀਗੇ ਕਿ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਜਾਵੇ, ਪਰ ਇੱਥੇ ਹੁਣ ਕੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜਿਹੜਾ ਕਰਤਾਰਪੁਰ ਲਾਂਘਾ ਆ ਉਹ ਇੱਕ ਦਿਨ ਪਹਿਲਾਂ ਹੀ ਗੁਰਪੁਰਬ ਤੋਂ ਪਹਿਲਾਂ ਇੱਕ ਦਿਨ ਖੋਲ੍ਹਿਆ ਜਾਵੇਗਾ ਅਤੇ ਇਹਦੇ ਉੱਤੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਨੂੰ ਪੁੱਛਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਕਿ ਉਹਨਾਂ ਦੀ ਕੀ ਮੰਗ ਹੈ ਕਿ ਕਰਤਾਰਪੁਰ ਲਾਂਘਾ ਇੱਕ ਦਿਨ ਪਹਿਲਾਂ ਖੋਲ੍ਹਣਾ ਚਾਹੀਦਾ ਹੈ ਜਾਂ ਫਿਰ ਉਹਨੂੰ ਜਿਹੜਾ ਹੈ ਕੁਛ ਦਿਨ ਪਹਿਲਾਂ ਹੀ ਉਹਨੂੰ ਖੋਲ੍ਹ ਦੇਣਾ ਚਾਹੀਦਾ, ਕਿਉਂਕਿ ਜਿਹੜੇ ਲੋਕਾਂ ਦੀ ਸ਼ਰਧਾ ਬਹੁਤ ਹੈ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਵਿੱਚ। ਲੋਕ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਉਸ ਜਿਹੜਾ ਲਾਂਘਾ ਆ ਖੋਲ੍ਹ ਦਿੱਤਾ ਜਾਵੇ, ਕਿਉਂਕਿ 2019 ਦੇ ਵਿੱਚ ਜਿਹੜਾ ਹੈ ਕਰਤਾਰਪੁਰ ਲਾਂਘਾ ਜਿਹੜਾ ਸੀ ਬੰਦ ਕਰ ਦਿੱਤਾ ਗਿਆ ਸੀ। ਲਾਸਟ ਟਾਈਮ 2019 ਵਿੱਚ ਹੀ ਗਏ ਸੀ ਅਤੇ 2020 ਵਿੱਚ ਉਹ ਬੰਦ ਸੀਗਾ ਅਤੇ ਹੁਣ ਇਸ ਵਾਰ ਖੋਲ੍ਹਣ ਦੀ ਮੰਗ ਸ਼ੁਰੂ ਕੀਤੀ ਗਈ ਹੈ, ਕਿਉਂਕਿ ਸਾਰੀ ਜਿਹੜੇ ਸਟੇਟਸ ਨੇ ਜਾਂ ਬਾਕੀ ਸਾਰੇ ਜਿੰਨੇ ਵੀ ਕੰਟਰੀਜ਼ ਨੇ ਸਾਰਿਆਂ ਵਿੱਚ ਜਿਹੜੇ ਆ ਹੌਲੀ ਹੌਲੀ ਕਰਕੇ ਸਾਰੀ ਚੀਜ਼ਾਂ ਖੋਲ੍ਹ ਦਿੱਤੀਆਂ ਗਈਆਂ ਨੇ ਅਤੇ ਹੁਣ ਕਰਤਾਰਪੁਰ ਲਾਂਘਾ ਦੇ ਖੋਲ੍ਹਣ ਦੀ ਵੀ ਮੰਗ ਚੱਲ ਰਹੀ ਹੈ ਅਤੇ ਹੁਣ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲ ਵੀ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕਿੱਦਾਂ ਹੋ ਸਰ? ਠੀਕ ਹੈ ਜੀ। ਕੀ ਨਾਮ ਸਰ ਤੁਹਾਡਾ? ਸਰਦਾਰ ਗੁਰਦੇਵ ਸਿੰਘ ਜੀ। ਸਰ, ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬਹੁਤ ਗੱਲਾਂ ਕੀਤੀਆਂ ਜਾ ਰਹੀਆਂ ਕਿ ਜਲਦੀ ਤੋਂ ਜਲਦੀ ਖੋਲ੍ਹ ਦਿੱਤਾ ਜਾਵੇ, ਤੁਹਾਡਾ ਉਹ 'ਤੇ ਕੀ ਗੱਲ ਕੀ ਕਹਿਣਾ ਹੈ? ਦੇਖੋ ਜੀ ਗੁਰੂ ਪਿਆਰਿਓ, ਗੱਲ ਇਸ ਤਰ੍ਹਾਂ ਹੈ ਕਿ ਕਰਤਾਰਪੁਰ ਇੱਕ ਰੱਬ ਦੇ ਘਰ ਦਾ ਨਾਂ ਹੈ, ਸਭ ਤੋਂ ਵੱਡਾ, ਜਿਸ ਤਰ੍ਹਾਂ ਸਾਡੇ ਹਰਿਮੰਦਰ ਸਾਹਿਬ ਜੀ ਨੇ, ਅਸੀਂ ਬੜੇ ਮਾਣ ਤਾਣ ਨਾਲ ਜਾਈਦਾ ਮੱਥਾ ਟੇਕਣ ਵਾਸਤੇ, ਉਸ ਤੋਂ ਵੀ ਵੱਧ, ਕਿਉਂਕਿ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਅਸਥਾਨ ਹੈ। ਉੱਥੇ ਕੋਈ ਵੀ ਜਦੋਂ ਕਿਸੇ ਦਾ ਪਾਸਪੋਰਟ ਹੈ ਜਾਂ ਨਹੀਂ ਹੈ ਦਰਸ਼ਨ ਕਰ ਸਕਦਾ, ਕਿਉਂਕਿ ਜੋ ਸਿੱਖ ਇਤਿਹਾਸ ਦੇ ਵਿੱਚ ਬੱਚਾ ਪੈਦਾ ਹੋਇਆ ਨਾ ਸਿੱਖੀ ਦੇ ਨਾਲ, ਉਹਦਾ ਹਰ ਕਿਸੇ ਦਾ ਮਨ ਕਰਦਾ ਕਿ ਮੈਂ ਜਾਵਾਂ ਦਰਸ਼ਨ ਕਰਾਂ। ਉਹਦਾ ਕ੍ਰੈਡਿਟ ਕੋਈ ਵੀ ਬੰਦਾ ਲੈ ਲਵੇ, ਸਿੱਧੂ ਸਾਹਿਬ ਲੈ ਲੈਣ, ਮੋਦੀ ਸਾਹਿਬ ਲੈ ਲੈਣ, ਠੀਕ ਹੈ, ਹੋਰ ਪੰਜਾਬ ਦਾ ਕੋਈ ਵੀ ਲੀਡਰ ਵੱਡਾ, ਠੀਕ ਹੈ, ਮਾਲਕ ਕਿਰਪਾ ਕਰੇ ਮਿਲਣਾ ਉਹਨੂੰ ਵੀ, ਜਿੱਥੇ ਉਹਨੇ ਕਿਰਪਾ ਕਰਨੀ ਹੈ, ਔਰ ਸਾਰੀ ਸਿੱਖ ਸੰਗਤ ਨੂੰ ਇਸ ਚੀਜ਼ ਦਾ ਬਹੁਤ ਵੱਡਾ ਲਾਭ ਹੋਏਗਾ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਪਹਿਲੀ ਪਾਤਸ਼ਾਹ ਜੀ ਦੇ, ਸਿੱਖਾਂ ਦੇ ਪਹਿਲੇ ਗੁਰੂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਕਿ ਜਿਨ੍ਹਾਂ ਦਾ ਆਗਮਨ ਪੂਰਵ ਜਿਹੜਾ ਹੁੰਦਾ ਇਹ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਂਦਾ ਜੋ 19 ਤਰੀਕ ਨੂੰ ਆ ਰਿਹਾ। ਅਸੀਂ ਸਾਰੀ ਸਿੱਖ ਸੰਗਤ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਲਕ ਜਿਹੜਾ ਕੱਲ੍ਹ 17 ਤਰੀਕ ਨੂੰ ਖੁੱਲ੍ਹਣਾ, ਅੱਜ 16 ਨੂੰ ਹੀ ਖੁੱਲ੍ਹ ਜਾਵੇ, ਕਿਉਂਕਿ ਸੰਗਤਾਂ ਬੜੀਆਂ ਉਤਾਵਲੀਆਂ ਹੋਈਆਂ ਨੇ ਉਹਨਾਂ ਦਰਸ਼ਨਾਂ ਵਾਸਤੇ। ਸੋ ਸਤਿਗੁਰੂ ਰਹਿਮਤ ਕਰਨ, ਇਹਨਾਂ ਸਰਕਾਰਾਂ ਦੇ ਮਨ ਦੇ ਵਿੱਚ ਸਮੱਤਿਆ ਪਾਉਣ ਔਰ ਜਲਦੀ ਤੋਂ ਜਲਦੀ ਇਹ ਲਾਂਘਾ ਖੁੱਲ੍ਹ ਜਾਵੇ।
ਜਿੱਦਾਂ ਬੀਜੇਪੀ ਜਿਹੜੀ ਪਾਰਟੀ ਆ ਉਹਦੇ ਵੱਲੋਂ ਵੀ ਬੜੇ ਸੰਘਰਸ਼ ਕੀਤੇ ਗਏ, ਕਦੀ ਅਮਿਤ ਸ਼ਾਹ ਜੀ ਨਾਲ ਗੱਲਬਾਤ ਕੀਤੀ ਗਈ, ਕਦੀ ਮੋਦੀ ਜੀ ਨਾਲ ਜਾ ਕੇ ਉਹਨਾਂ ਨੂੰ ਲੈਟਰ ਫੜਾਇਆ ਗਿਆ, ਅਤੇ ਮਤਲਬ ਕਿ ਉਹਨਾਂ ਦਾ ਕਹਿਣਾ ਕਿ ਜਲਦ ਤੋਂ ਜਲਦ ਖੁਲਵਾ ਦਿੱਤਾ ਜਾਵੇ, ਮਤਲਬ ਪੋਲੀਟੀਕਲ ਪਾਰਟੀਜ਼ ਜਿਹੜੇ ਇਹਦੇ ਵਿੱਚ ਆਪਣਾ ਹੱਥ ਅੱਗੇ ਵਧਾ ਰਹੇ ਨੇ, ਇਹਦੇ 'ਤੇ ਕੀ ਕਹਿਣਾ ਤੁਹਾਡਾ? ਗੁਰੂ ਪਿਆਰਿਓ, ਗੱਲ ਇਸ ਤਰ੍ਹਾਂ ਕਿ ਇਹ ਜਿਹਨੂੰ ਵੀ ਉਸ ਮਾਲਕ ਨੇ ਵਡਿਆਈ ਦੇਣੀ ਹੈ, ਚਾਹੇ ਮੋਦੀ ਸਾਹਿਬ ਨੇ, ਚਾਹੇ ਅਮਿਤ ਸ਼ਾਹ, ਚਾਹੇ ਸਿੱਧੂ ਸਾਹਿਬ ਨੇ, ਚਾਹੇ ਹੋਰ ਵੀ ਪੰਜਾਬ ਦਾ ਕੋਈ ਮੰਤਰੀ ਹੈ, ਜਿਹਨੂੰ ਉਸ ਮਾਲਕ ਨੇ ਵਡਿਆਈ ਦੇਣੀ ਨਾ, ਉਹਦੇ ਮੂੰਹੋਂ ਇਹ ਬਚਨ ਨਿਕਲਣੇ ਨੇ ਕਿ ਲਾਂਘਾ ਖੁੱਲ੍ਹ ਗਿਆ ਭਾਈ, ਠੀਕ ਹੈ, ਕਿਉਂਕਿ ਸਤਿਗੁਰ ਦੇ ਘਰ ਵਡਿਆਈਆਂ ਦੇ ਭੰਡਾਰ ਨੇ, ਉਹ ਦਿੰਦਾ ਉਹਨੂੰ ਹੈ ਕਿ ਜਿਹੜਾ ਉਹਨੂੰ ਭਾ ਜਾਵੇ, ਚਾਹੇ ਦੁਨੀਆਂ ਦੇ ਵਿੱਚ ਉਹਦਾ ਕੋਈ ਵੀ ਨਾਮ ਹੈ ਤਾਂ ਸਭ ਰੱਬ ਦੇ ਬੰਦੇ ਨੇ, ਲੇਕਿਨ ਜਿਸ ਮਾਲਕ ਨੇ ਕਿਰਪਾ ਕਰਨੀ ਜਿਹਦੇ 'ਤੇ, ਉਹਦੇ ਮੂੰਹੋਂ ਇਹ ਬਚਨ ਨਿਕਲਣੇ ਨੇ ਅਤੇ ਇਹ ਲਾਂਘਾ ਖੁੱਲ੍ਹ ਜਾਣਾ, ਅਤੇ ਫਿਰ ਬਾਰੇ ਨਿਆਰੇ ਨੇ। ਕੀ ਇੱਥੇ ਸਿੱਖਾਂ ਦੀ ਸਪੋਰਟ ਫਿਰ ਬੀਜੇਪੀ ਵਾਲੀ ਸਾਈਡ ਵੱਧ ਨਹੀਂ ਜਾਏਗੀ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਅੱਗੇ ਵੱਧ ਕੇ ਲਾਂਘਾ ਖੁੱਲ੍ਹਣ ਦੀ ਵੀ ਇੱਥੇ ਦਰਖਾਸਤ ਕੀਤੀ ਸੀ? ਦੇਖੋ ਗੁਰੂ ਪਿਆਰੇ, ਗੱਲ ਇਸ ਤਰ੍ਹਾਂ ਕਿ ਜਿਹਨੇ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ ਨਾ, ਚਾਹੇ ਉਹ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਪਾਰਟੀ ਜਾਂ ਕੋਈ ਹੋਰ ਵੀ ਪਾਰਟੀ, ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਉਹਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਤੱਕ ਮਤਲਬ ਹੈ, ਉਹਨੇ ਮੱਥਾ ਟੇਕਣਾ ਕਿਉਂਕਿ ਕਿਰਪਾ ਉਹਦੀ ਦੇ ਨਾਲ ਹੀ ਹੋਣਾ ਸਾਰਾ ਕੁਛ, ਠੀਕ ਹੈ। ਉਸ ਤੋਂ ਬਾਅਦ ਇਹ ਸਾਡੀ ਆਪਣੀ ਸੋਚ ਬਣ ਜਾਂਦੀ ਹੈ ਕਿ ਮੈਂ ਲਾਂਘਾ ਖਿਲਾਤਾ ਅਤੇ ਦੁਨੀਆ ਮੇਰੇ ਨਾਲ ਜੁੜ ਗਈ ਹੈ, ਦੁਨੀਆ ਉਸ ਪ੍ਰਭੂ ਮਾਲਕ ਦੇ ਨਾਲ ਜੁੜ ਲਿਆ। ਹਾਂ, ਕੁਛ ਪੋਲੀਟਿਕਸ ਐਸੇ ਬੰਦੇ ਹੁੰਦੇ ਨੇ ਜਿਹੜੇ ਜੁੜ ਵੀ ਜਾਂਦੇ, ਕੋਈ ਵੱਡੀ ਗੱਲ ਨਹੀਂ, ਲੇਕਿਨ ਉਹਦਾ ਲਾਭ ਨੁਕਸਾਨ ਕਿਸੇ ਨੂੰ ਵੀ ਨਹੀਂ, ਲਾਭ ਉਹਨੂੰ ਹੀ ਇੱਕ ਜਿਹਦੇ ਮੂੰਹੋਂ ਇਹ ਬਚਨ ਨਿਕਲ ਗਏ ਅਤੇ ਇਹ ਲਾਂਘਾ ਖੁੱਲ੍ਹਣਾ। ਮੈਮ, ਬਹੁਤ ਚੰਗੀ ਗੱਲ ਹੈ, ਦੇਖੋ ਸਾਡੇ ਲਈ ਤਾਂ, ਸਿੱਖਾਂ ਲਈ ਤਾਂ ਬਹੁਤ ਮਹੱਤਵਪੂਰਨ ਹੈ ਇਹ ਚੀਜ਼, ਕਿਉਂਕਿ ਅਸੀਂ ਤਾਂ ਦੇਖੋ ਕਦੋਂ ਦੇ ਵੇਟ ਕਰ ਰਹੇ ਹਾਂ, ਇਹੋ ਜਿਹੇ ਅੱਛੇ ਮੌਕੇ 'ਤੇ ਖੁੱਲ੍ਹ ਰਿਹਾ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ, ਠੀਕ ਹੈ, 552ਵਾਂ ਗੁਰਪੁਰਬ ਆਪਣਾ, ਠੀਕ ਹੈ, ਅਤੇ ਉਹਦੇ ਅਕੋਰਡਿੰਗ ਸਾਨੂੰ ਤਾਂ ਉਮੀਦ ਸੀਗੀ ਕਿ ਜਲਦੀ ਖੁੱਲ੍ਹੇਗਾ, ਬਟ ਦੇਰ ਆਏ, ਚਲੋ ਦਰੁਸਤ ਆਏ, ਬਟ ਜਲਦੀ ਖੁੱਲ੍ਹੇ ਤਾਂ ਅਸੀਂ ਦਰਸ਼ਨ ਜ਼ਰੂਰ ਕਰਨਾ ਚਾਹਵਾਂਗੇ, ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਜਲਦੀ ਜਾਵਾਂਗੇ ਦਰਸ਼ਨ ਕਰਨ। ਮੰਗ ਰੱਖਦੇ ਹਾਂ ਕਿ ਜਲਦ ਤੋਂ ਜਲਦ ਖੋਲ੍ਹਿਆ ਜਾਵੇ, ਖੋਲ੍ਹਿਆ ਜਾਵੇ, ਅਸੀਂ ਤਾਂ ਦਰਸ਼ਨ ਕਰਨਾ ਚਾਹੁੰਦੇ ਹਾਂ। ਇਹ ਚੀਜ਼ ਦੇਖੋ, ਇੱਕ ਜਿਹੜੀ ਵਾਰ ਹੈ ਉਹ ਅਲੱਗ ਹੈ, ਜੋ ਧਾਰਮਿਕ ਸਥਾਨ ਹੈ ਹਰ ਇੱਕ ਧਰਮ ਦੇ ਅਲੱਗ ਅਲੱਗ ਹੁੰਦੇ ਹੈ, ਉਹ ਜ਼ਰੂਰ ਖੁੱਲ੍ਹਣੇ ਚਾਹੀਦੇ ਔਰ ਜਲਦੀ ਖੁੱਲ੍ਹਣੇ ਚਾਹੀਦੇ ਹੈ। ਜਿੱਦਾਂ ਬੀਜੇਪੀ ਜਿਹੜੀ ਪਾਰਟੀ, ਉਹਨਾਂ ਨੇ ਅੱਗੇ ਵੱਧ ਕੇ ਦਿੱਤਾ ਕਿ ਬਈ ਅਮਿਤ ਸ਼ਾਹ ਨਾਲ ਮਿਲੇ, ਉਹਨਾਂ ਨੇ ਕਿਹਾ ਕਿ ਵੀ ਖੁਲਵਾਇਆ ਜਾਵੇ ਜਲਦ ਤੋਂ ਜਲਦ ਲਾਂਘਾ, ਅਤੇ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਿੱਖ ਧਰਮ ਹੈ ਉਹਨਾਂ ਦਾ ਸਾਥ ਨਹੀਂ ਵੱਧ ਜਾਏਗਾ, ਸਪੋਰਟ ਜ਼ਿਆਦਾ ਨਹੀਂ ਹੋ ਜਾਏਗੀ ਬੀਜੇਪੀ ਵਾਲੀ ਸਾਈਡ? ਮੈਮ, ਸਪੋਰਟ ਨੂੰ ਲੈ ਕੇ ਦੇਖੋ, ਧਰਮ ਅਤੇ ਸਪੋਰਟ ਦੋਨੇ ਅਲੱਗ ਅਲੱਗ ਚੀਜ਼ ਹੈ, ਠੀਕ ਹੈ, ਇਹ ਚੀਜ਼ਾਂ ਨੂੰ ਆਪਾਂ ਇਕੱਠਾ ਨਹੀਂ ਕਰ ਸਕਦੇ। ਮੇਰੇ ਅਕੋਰਡਿੰਗ ਜਿਹੜੀ ਚੀਜ਼ ਜਿਹੜੀ ਸਰਕਾਰ ਧਰਮ ਨੂੰ ਪਹਿਲ ਦਿੰਦੀ ਹੈ ਜਾਂ ਧਰਮ ਨੂੰ ਜਿਹੜੀ ਚੀਜ਼ ਪੱਖ ਰੱਖਦੀ ਹੈ, ਉਹ ਚੀਜ਼ ਬੈਟਰ ਹੈ, ਕਿਉਂਕਿ ਅਸੀਂ ਧਰਮ ਦੇ ਨਾਲ ਹੀ ਜੁੜੇ ਹੋਏ ਹਾਂ, ਧਰਮ ਦੇ ਨਾਲ ਹੀ ਇੱਕ ਕੁੱਲ ਚੱਲਦੀ ਹੈ, ਧਰਮ ਦੇ ਨਾਲ ਹੀ ਪੂਰੀ ਇੱਕ ਜਿਹੜੀ ਆਪਣੀ ਚੀਜ਼ ਆ ਉਹ ਅੱਗੇ ਕੰਟੀਨਿਊ ਹੈ। ਜੇ ਧਰਮ ਭੁੱਲ ਗਏ ਤਾਂ ਉਸ ਤੋਂ ਇਲਾਵਾ ਕੁਛ ਨਹੀਂ ਹੈ, ਅਤੇ ਆਪਣਾ ਪੰਜਾਬੀ ਧਰਮ ਹੀ ਇੱਕ ਇਹੋ ਜਿਹਾ ਹੈ ਕਿ ਆਪਣੇ ਪੂਰੀ ਵਰਲਡ ਦੇ ਵਿੱਚ ਤੁਸੀਂ ਲਗਾ ਕੇ ਚਲੋ ਆਪਣੀ 2% ਇਕਨੋਮਿਕ ਹੀ ਹੈ ਪੰਜਾਬੀ ਦੀ, ਠੀਕ ਹੈ, ਅਤੇ ਆਪਣੇ ਜਿਹੜੇ ਸਿੱਖ ਗੁਰਦੁਆਰੇ ਨੇ ਪੂਰੇ ਇੰਡੀਆ 'ਚ ਜਾਂ ਪੂਰੇ ਵਰਲਡ 'ਚ ਆਪਾਂ ਕਹਿ ਲਈਏ, 700 ਕਰੋੜ ਬੰਦਾ ਘੱਟੋ ਘੱਟ ਨਹੀਂ ਲੰਗਰ ਖਾਂਦਾ ਇੱਕ ਦਿਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ, ਅਤੇ ਆਪਣੀ ਆਪਣੀ ਕਮਿਊਨਿਟੀ ਕਿੰਨੀ ਹੈ? ਸਿਰਫ 2%। ਅਤੇ ਜੇ ਇਹਦੇ ਅਕੋਰਡਿੰਗ ਆਪਣੀ ਕਮਿਊਨਿਟੀ ਹੋਰ ਖੋਲ੍ਹ ਦਿੱਤੀ ਜਾਵੇ ਤਾਂ ਗੁਰੂ ਸਾਹਿਬ ਦੀ ਮਿਹਰ ਨਾਲ ਸਾਨੂੰ ਹੋਰ ਸੇਵਾ ਦਾ ਮੌਕਾ ਕਰਨ ਦਾ ਮਿਲ ਸਕਦਾ ਉਹ ਚੀਜ਼। ਇੱਥੇ ਸਿਰਫ ਸਿੱਖ ਧਰਮ ਨਹੀਂ, ਹਿੰਦੂ ਮੁਸਲਿਮ ਧਰਮ ਵੀ ਬਹੁਤ ਮਹਾਨਤਾ ਰੱਖਦੇ ਨੇ, ਕਿਉਂਕਿ ਬਿਨਾਂ ਵੀਜ਼ਾ ਦੇ ਉੱਥੇ ਜਾਣਾ ਬਿਲਕੁਲ ਅਲਾਊਡ ਕੀਤਾ ਗਿਆ। ਇਹ 'ਤੇ ਕੁਛ ਕਹਿਣਾ ਚਾਹੋਗੇ ਕਿ ਸਾਰੇ ਧਰਮ ਮਿਲ ਜੁਲ ਕੇ ਜਿਹੜੇ ਆ ਉੱਥੇ ਜਾਣਾ ਪਸੰਦ ਕਰਦੇ ਨੇ? ਬਹੁਤ ਅੱਛੀ ਗੱਲ ਹੈ ਮੈਮ, ਕਿਉਂਕਿ ਸਿੱਖ ਧਰਮ ਤਾਂ ਦੇਖੋ ਸਾਰੇ ਜੁੜੇ ਹੋਏ ਆਪਣੇ ਗੁਰੂਆਂ ਨਾਲ, ਹਰ ਇੱਕ ਧਰਮ ਆਪਣੇ ਗੁਰੂਆਂ ਪੀਰਾਂ ਨਾਲ ਜੁੜਿਆ ਹੁੰਦਾ, ਬਟ ਲੇਕਿਨ ਹੁਣ ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਇੱਕ ਕਾਮਨ ਚੀਜ਼ ਹੈ ਕਿ ਅਸੀਂ ਸਰਦਾਰ ਹੋ ਕੇ ਤਾਂ ਡਰਬੰਦ ਬੰਨਣੀ ਹੈ, ਸਾਡਾ ਧਰਮ ਹੈ, ਸਾਨੂੰ ਮਾਣ ਹੈ, ਠੀਕ ਹੈ, ਬਟ ਤੁਸੀਂ ਅੱਜ ਦੇਖਿਆ ਹੋਏਗਾ 70-80% ਜਿਹੜਾ ਹਿੰਦੂ ਕਾਸਟ ਹੈ ਜਾਂ ਅਦਰ ਕਾਸਟ ਹੈ ਉਹ
ਸਟਬਨ ਵੱਲ ਜਾ ਰਿਹਾ ਜਾਂ ਸਿੱਖ ਕਮਿਊਨਿਟੀ ਵੱਲ ਜ਼ਿਆਦਾ ਵੱਧ ਰਿਹਾ ਕਿ ਸਾਨੂੰ ਇੱਕ ਰਿਸਪੈਕਟਡ ਹੈ? ਅਗਰ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਕਿ 1.25 ਲੱਖ ਦੇ ਵਿੱਚ ਇਕੱਲਾ ਸਿੱਖ ਪਛਾਣਿਆ ਜਾਂਦਾ, ਉਸੇ ਚੀਜ਼ ਨੂੰ ਲੈ ਕੇ ਅੱਜ ਕੱਲ੍ਹ ਮੁਸਤੈਸ਼ ਵਧਾਈ ਜਾ ਰਹੀ ਹੈ, ਬੀਅਰਡਸ ਰੱਖੀ ਜਾ ਰਹੀ ਹੈ, ਪੂਰੀ ਪਿਓਰ ਟਰਬਨ ਬੰਨ੍ਹੀ ਜਾ ਰਹੀ ਹੈ, ਇੰਨੀ ਕਿ ਈਵਨ ਕਿ ਪੰਜਾਬੀ 'ਚ ਇੰਨੀ ਨਹੀਂ ਹੈਗੀ ਜਿੰਨੇ ਕਿ ਹਿੰਦੂਇਜ਼ਮ 'ਚ ਲੋਕ ਟਰਬਨ ਨੂੰ ਮਹੱਤਵ ਦੇ ਰਹੇ ਹੈ। ਤਾਂ ਉਹ ਚੀਜ਼ ਬੈਟਰ ਹੈ ਕਿ ਸਿੱਖੀਜ਼ਮ ਇੱਕ ਧਰਮ ਮਹੱਤਵ ਰੱਖਣਾ ਚਾਹੀਦਾ ਮੇਰੇ ਅਕੋਰਡਿੰਗ। ਕਰਤਾਰਪੁਰ ਲਾਂਘਾ ਨੂੰ ਲੈ ਕੇ ਕੀ ਡਿਮਾਂਡ ਹੋਰ ਰੱਖਣਾ ਚਾਹੂੰਗੇ? ਡਿਮਾਂਡ ਇਹੀ ਹੈ ਜੀ, ਜਲਦੀ ਤੋਂ ਜਲਦੀ ਖੋਲੋ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਦਰਸ਼ਨ ਦਿਓ ਅਤੇ ਸਾਰੇ ਧਰਮਾਂ ਦੇ ਦਰਸ਼ਨ ਹੋਣੇ ਚਾਹੀਦੇ। ਜਿੱਦਾਂ ਹੁਣ ਲਾਸਟ ਈਅਰ ਵੀ ਖੁੱਲਿਆ ਸੀਗਾ ਪਾਸਪੋਰਟ ਦੇ ਅਕੋਰਡਿੰਗ, ਪ੍ਰੀ ਬੁਕਿੰਗ ਦੇ ਅਕੋਰਡਿੰਗ ਉੱਥੇ ਆਪਣਾ ਕੋਵਿਡ ਨੂੰ ਲੈ ਕੇ ਜੋ ਵੀ ਪ੍ਰਿਕਾਸ਼ਨ ਯੂਜ ਕਰਕੇ ਅਸੀਂ ਜਾ ਸਕਦੇ ਸੀਗੇ। ਬਟ ਹੁਣ ਤੁਸੀਂ ਇੱਕ ਹੋਰ ਅੱਛੀ ਗੱਲ ਕਹੀ, ਜਿਨ੍ਹਾਂ ਕੋਲ ਪਾਸਪੋਰਟ ਵੀ ਨਹੀਂ ਹੈ ਸਾਰਾ ਆਪਣਾ ਆਧਾਰ ਕਾਰਡ 'ਤੇ ਜਾ ਸਕਦੇ, ਉਹ ਚੀਜ਼ ਬੈਟਰ ਬਣ ਹੈ ਕਿ ਹਰ ਇੱਕ ਬੰਦੇ ਨੂੰ ਜਾਣ ਦਾ ਮੌਕਾ ਮਿਲ ਸਕਦਾ, ਚਾਹੇ ਉਹ ਲੋਅਰ ਕਾਸਟ ਹੈ, ਚਾਹੇ ਅਪਰ ਕਾਸਟ ਹੈ, ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ। ਅਤੇ ਧਰਮ ਨੂੰ ਤਾਂ ਵਿੱਚ ਗੁਰੂ ਸਾਹਿਬ ਨੇ ਉਹਦੇ 'ਚ ਤਾਂ ਕੋਈ ਦੇਖਦੇ ਵੀ ਨਹੀਂ, ਉੱਚ ਨੀਚ ਦੇਖਦੇ ਨਹੀਂ, ਤਾਂ ਅੱਛੀ ਚੀਜ਼ ਹੈ ਕਿ ਜਲਦੀ ਮੌਕਾ ਮਿਲਣਾ ਚਾਹੀਦਾ। ਸਾਨੂੰ ਤਾਂ ਇਹੀ ਚਾਹੀਦਾ ਵੀ ਸਾਨੂੰ ਰਸਤਾ ਮਿਲਣਾ ਚਾਹੀਦਾ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰ ਸਕੀਏ ਗੁਰੂ ਨਾਨਕ ਦੇਵ ਜੀ ਦਾ। ਉੱਥੇ ਪਾਕਿਸਤਾਨ 'ਚ ਕਰਤਾਰਪੁਰ 'ਚ ਉਹਨਾਂ ਦਾ ਵਾਸਾ ਹੈ, ਉੱਥੇ ਜਨਮ ਹੈ, ਅਤੇ ਉੱਥੇ ਜਨਮ ਤੋਂ ਫਿਰ ਭਾਵਨਾ ਮਿਲਦੀ ਆ, ਅਤੇ ਉਹ ਜਿਹੜਾ ਸਥਾਨ ਉਹ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਲੰਘਣਾ ਨਾ ਕੀਤੀ ਜਾਵੇ, ਉਹਦੀ ਲਾਂਘਣਾ ਦਾ ਪਾਵਨ ਕੀਤਾ ਜਾਵੇ, ਪਰ ਸਾਰਨ ਸੰਗਤ ਦੀ ਸੇਵਾ ਮਨਜ਼ੂਰ ਕੀਤੀ ਜਾਵੇ। ਮਤਲਬ ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਜਲਦ ਤੋਂ ਜਲਦ ਜਿਹੜਾ ਹੈ ਲਾਂਘਾ ਖੋਲ ਦਿੱਤਾ ਜਾਵੇ? ਇਹੀ ਇਹੀ ਚਾਹੁੰਦੇ ਹਾਂ, ਇਸ ਸੰਗਤ ਦਾ ਦਰਸ਼ਨਾਂ ਨੂੰ ਮਨ ਚਾਹੁੰਦਾ, ਜਿੱਦਾਂ ਹੁਣ ਗੁਰਪੁਰ ਆ ਰਿਹਾ, ਹਰੇਕ ਸੰਗਤ ਦਾ ਮਨ ਚਾਹੁੰਦਾ, ਮਨ ਦੇਖਣੇ ਕਚਾ ਗੁਰੂ ਦਰਸ਼ਨ ਨੂੰ ਉਹਨਾਂ ਨੂੰ ਮਨ ਚਾਹੁੰਦਾ ਹੈ ਵੀ ਜਿੱਥੇ ਹੁਣ ਆਪਣਾ ਗੁਰੂ ਸਥਾਨ ਆ, ਗੁਰੂ ਸਥਾਨ ਤੋਂ ਅੱਗੇ ਅਗਲਾ ਕਹਿੰਦਾ ਵੀ ਮੈਂ ਭਾਈ ਇਹ ਜਾਵਾਂ, ਮੈਂ ਗੁਰੂ ਦੇ ਜਿੱਥੇ ਅਸਲ ਸਥਾਨ ਨੇ ਉੱਥੇ ਜਾ ਕੇ ਦਰਸ਼ਨ ਕਰਾਂ, ਮੇਰੇ ਮਨ ਨੂੰ ਸ਼ਾਂਤੀ ਆ। ਸ਼ਾਂਤੀ ਦਾ ਮਤਲਬ ਵੀ ਮੇਰੇ ਜਿਹੜੀ ਮਨ ਦੀ ਅੱਗ ਜਿਹੜੀ ਬਲਦੀ ਹੈ ਨਾ ਪਾਂਬੜ, ਉਹ ਗੁਰੂ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ, ਸ਼ਾਂਤੀ ਹੋ ਜਾਂਦੀ ਹੈ, ਬੰਦੇ ਦੇ ਮਨ ਜਿਹੜਾ ਬੁੱਧੀ ਹੈ ਨਾ ਉਹ ਪਲਟ ਜਾਂਦੀ। ਇੱਥੇ ਸਿਰਫ ਸਿੱਖ ਧਰਮ ਦੀ ਗੱਲ ਨਹੀਂ ਕਰਦੇ ਆਪਾਂ, ਮੁਸਲਮਾਨ ਧਰਮ ਜਾਂ ਹਿੰਦੂ ਧਰਮ ਜਿੰਨੇ ਵੀ ਭਾਈਚਾਰੇ ਆ, ਸਾਰੇ ਜਾਣੇ ਇਹੀ ਚਾਹੁੰਦੇ ਨੇ ਕਿ ਜਿਹੜਾ ਆ ਲਾਂਘਾ ਖੋਲ ਦਿੱਤਾ ਜਾਵੇ, ਮਤਲਬ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਗੁਰੂ ਨੂੰ ਮੰਨਦੇ ਆ। ਜਿਹੜਾ ਇੱਕ ਨੂਰ 'ਤੇ ਸਭ ਜਗ ਉਪਜਿਆ, ਭਲੇ ਕੌਣ ਭਲੇ ਕੋ ਮੰਦੇ, ਉਹਨੇ ਸਭ ਨੂੰ ਇੱਕ ਰੱਖਿਆ ਵੀ ਉਹ ਕਹਿੰਦਾ ਰਸਤਾ ਹੈ ਸਭ ਦੇ ਸਾਂਝਾ, ਸਾਂਝਾ ਹੈ ਇੱਕ ਜਿਹੜਾ ਏਕਤਾ ਬਣਾ ਕੇ ਚੱਲਦਾ, ਇੱਕ ਤੇ ਰੂਪ ਹੈ ਉਹ ਇੱਕ ਨੂਰ ਅਮਰ, ਇਹ ਕਹਿੰਦੇ ਨਹੀਂ ਹੁੰਦੇ ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਕੌਣ ਭਲੇ ਕੋ ਮੰਦੇ, ਹਮ ਨਹੀਂ ਚੰਗੇ ਬੁਰਾ ਨਹੀਂ। ਜਿੱਦਾਂ ਬੀਜੇਪੀ ਪਾਰਟੀ ਹੈ, ਜਿਹੜੀ ਬੀਜੇਪੀ ਪਾਰਟੀ ਵੱਲੋਂ ਅੱਗੇ ਅਮਿਤ ਸ਼ਾਹ ਨਾਲ ਮਿਲੇ, ਮੋਦੀ ਨਾਲ ਮਿਲੇ, ਉਹਨਾਂ ਨੇ ਕਿਹਾ ਕਿ ਵੀ ਲਾਂਘਾ ਖੋਲ ਦਿਓ, ਅਤੇ ਇਹ 'ਤੇ ਤੁਹਾਡਾ ਕੀ ਕਹਿਣਾ ਕਿ ਕਿਤੇ ਸਪੋਰਟ ਵੱਧ ਜਾਏਗੀ ਉਹਨਾਂ ਵੱਲ? ਜਿਹੜੀ ਸਾਧ ਸੰਗਤ ਦਾ ਮੁੱਦ ਮੇਨ ਮੁੱਦਾ ਨਾ, ਉਹ ਕਹਿੰਦੇ ਸਾਨੂੰ ਰਸਤਾ ਖੁੱਲ੍ਹਾ ਚਾਹੀਦਾ, ਅਸੀਂ ਸ਼ਰੇਆਮ ਦਰਸ਼ਨ ਜਾ ਆ ਕੇ ਕਰ ਸਕੀਏ, ਸਾਨੂੰ ਕੋਈ ਦਿੱਕਤ ਨਾ ਹੋਵੇ। ਅੱਗੇ ਪਾਕਿਸਤਾਨ ਮੋਹਰਾਂ ਲਾਉਂਦੇ, ਵੀਜ਼ਾ ਬਣਾਉਂਦੇ ਸੀਗੇ, ਹੁਣ ਕਿਸੇ ਗਰੀਬ ਕੋਲ ਨਹੀਂ ਹੈਗਾ, ਉਨੀ ਭਾਵਨਾ ਹੈਗਾ ਵੀਜ਼ੇ ਬਿਨਾਂ ਵੱਜੇ ਤਾਂ ਵੀ ਜਾ ਸਕਦੇ, ਦਰਸ਼ਨ ਕਰਨ ਦਾ ਹਰੇਕ ਦਾ ਮਨ ਦਾ ਚਾਅ, ਜਿਨ ਚਾਹ ਆ ਅੰਦਰੋਂ ਉਹ ਸਭ ਕੁਛ ਫਿਰ ਮਹਾਰਾਜ ਪਰਮਾਤਮਾ ਅੱਗੇ ਹੋ ਕੇ ਮਿਲਦਾ, ਇਹ ਕੋਟ ਪੈਂਡ ਆ ਗਏ ਹੋਏ ਇਹ ਨੇਕ ਹੈ, ਫਿਰ ਸਤਿਗੁਰੂ ਅੱਗੇ ਹੋ ਕੇ ਮਿਲਦੇ, ਜਿਹਦੇ ਜੇ ਮਨ ਦੇ ਅੰਦਰ ਚਾਹਣ ਉਹ ਸਭ ਗੁਰੂ ਦਰਸ਼ਨ ਅੱਗੇ ਆ ਕੇ ਆਪ ਦਰਸ਼ਨ ਦਿੰਦੇ। ਜਿੱਦਾਂ ਤੁਸੀਂ ਆਪਾਂ ਜਿੱਦਾਂ ਤੁਹਾਡੀ ਮੁਲਾਕਾਤ ਕਰਾਤੀ ਹੈ ਲੋਕਾਂ ਨਾਲ ਗੱਲਬਾਤ, ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਜਲਦ ਤੋਂ ਜਲਦ ਖੋਲ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਬਹੁਤ ਸ਼ਰਧਾ ਜੁੜੀ ਹੋਈ ਹੈ, ਜਿਹੜੇ ਗੁਰੂ ਨਾਨਕ ਦੇਵ ਜੀ ਆ ਉਹਨਾਂ ਦਾ ਵੀ ਉੱਥੇ ਬਹੁਤ ਵੱਡਾ ਸਥਾਨ ਹੈ ਜਿੱਥੇ ਲੋਕ ਜਾਣਾ ਬਹੁਤ ਪਸੰਦ ਕਰਦੇ ਆ, ਅਤੇ ਉੱਥੇ ਬਿਨਾਂ ਵੀਜ਼ੇ ਦੇ ਵੀ ਅੱਜ ਕੱਲ੍ਹ ਲੋਕ ਜਾ ਸਕਦੇ ਆ, ਸਾਰੇ ਧਰਮਾਂ ਦੇ ਲੋਕ ਉੱਥੇ ਜਾ ਕੇ ਮੱਥਾ ਟੇਕ ਸਕਦੇ ਆ। ਅਤੇ ਹੁਣ ਤੁਹਾਡੇ ਕੀ ਵਿਚਾਰ ਨੇ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਕੇ ਦੱਸੋ, ਅਤੇ ਮੈਂ ਹਾਂ ਦੀਪਤੀ, ਕੈਮਰਾਮੈਨ ਸਾਗਰ ਗਾਗਰ ਦੇ ਨਾਲ, ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ।